बंदी सिंह जो कितने लंबे समय तो अपनी सजावा पूरी कर चुके ने या फिर वो लोग जिन्हां ते हले तक उन्हां दे सबूत नहीं मिले कि उन्होंने गुनाह किहड़े कीते ने वह भी बेचारे जेलां दे विच सड़ रहे ने। चोणां दा मामला है, सरकार दा हथ है या किहड़ी उह पार्टी है जिन्हां वल्लों उन्हां नूं इन्नी ज़्यादा सपोर्ट है कि इन ईजीली तरीके दे नाल इन्नी गार्ड दे नाल उन्हां नूं बाहर कढ दित्ता जांदा। पैटर्न देखिए आप कि जिस जिस वेले पेरोल मिली है वो ज्यादातर उस वेले ही है जदों इलेक्शन कितने ना कितने नेड़े तेड़े जड़ियां होंदियां ने। बहुत सारे केस ने जड़े इस वक्त उन्हां ते चल रहे ने ते कईआं दी उह सजा भी भुगत रहे ने, पर फिर भी उन्हां नूं बड़े सौखे तरीके दे नाल पेरोल मिल जांदी है क्योंकि 8 महीनों के दौरान तीजी वार 40 दिन दी पेरोल ते उह बाहर आ गए ने। अगर बलवंत सिंह राजवाणा दे या बंदी सिंघां दी रिहाई दे नाल पंजाब च हालात खराब हो सकते ने या सिचुएशन बिगड़ सकती है, मैनू ये नहीं समझ लगती भी बिल्किस बानो दे जिहड़े कातल ने या रेपिस्ट ने रिहा होने दे नाल या जिहड़े साधवियां दा रेपिस्ट है वह रिहा होने दे नाल समाज नू किदां दा मैसेज आऊ। अज फिर भी जेकर असीं इन्हां लोकां दी फिर भी सपोर्ट करदे हां, मेरे ख्याल इस तों वड्डी लानत कोई नहीं हैगी। ਜਦੋਂ ਇਹਦਾ ਕੁਛ ਨਹੀਂ ਵਿਗਾੜ ਸਕੇ ਤਾਂ ਬਾਕੀ ਸਾਡਾ ਜਿਹੜਾ ਪ੍ਰਸ਼ਾਸਨ ਹੈ ਜਾਂ ਸਰਕਾਰਾਂ ਨੇ ਉਹ ਕੀ ਵਿਗਾੜ ਲੈਣਗੇ। ਗੁਰਮੀਤ ਰਾਮ ਰਹੀਮ ਦਾ ਜੇਲ੍ਹ ਦੇ ਵਿੱਚ ਜੋ ਵਿਚਰਨ ਦਾ ਤਰੀਕਾ ਹੈ, ਵਿਹਾਰ ਹੈ, ਵਤੀਰਾ ਹੈਗਾ ਉਹ ਬਹੁਤ ਵਧੀਆ, ਇਸ ਕਰਕੇ ਅਸੀਂ ਤੀਜੀ ਪੈਰੋਲ ਜਿਹੜੀ ਹੈ ਵਾਰ ਵਾਰ ਜਿਹੜੀ ਪੈਰੋਲ ਹੈ ਦਿੱਤੀ ਜਾ ਰਹੀ ਹੈ। ਜੇਲ੍ਹ ਦੇ ਵਿੱਚ ਕਦੇ ਕੋਈ ਸਮੱਸਿਆ ਵੀ ਹੋ ਜਾਂਦੀ ਹੈ ਤਾਂ ਉਸ ਵੇਲੇ ਜੇਲ੍ਹ ਪ੍ਰਸ਼ਾਸਨ ਹੈ ਜਿਹੜਾ ਉਹ ਬਲਵੰਤ ਸਿੰਘ ਰਾਜੋਆਣਾ ਦੀ ਸਲਾਹ ਜਿਹੜੀ ਹੈ ਉਹ ਜ਼ਰੂਰ ਲੈਂਦਾ ਉਸ ਗੱਲ 'ਤੇ। ਇਹ ਬਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ कैप्टन साहब, बादल साहब, राम रहीम ਤੇ ਸਮੇਤ ਸੈਣੀ ਇਹ ਭਾਰਤ ਸਰਕਾਰ ਦੇ ਕੋਲ ਨੂੰ ਹੀਰੇ ਨੇ, ਇਹਨਾਂ ਨੂੰ ਭਾਰਤ ਸਰਕਾਰ ਨੇ ਤੱਤੀਵਾ ਨਹੀਂ ਲੱਗਣ ਦੇਣੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਤਾਲੀਫਾ, ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਉਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫ਼ਤੇ ਦੇ ਵਿੱਚ ਦੋ ਦਿਨ ਲਾਈਵ, ਅਸੀਂ ਲੈ ਕੇ ਆਉਂਦੇ ਹਾਂ ਵੱਖੋ ਵੱਖ ਅਖ਼ਬਾਰਾਂ ਦੀਆਂ ਸਰਗਰਮੀਆਂ, ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਜਿਸਦੇ ਲਈ ਲਗਾਤਾਰ ਦੋ ਨੰਬਰ ਸਕਰੀਨ 'ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ 'ਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਅਤੇ ਸਿੱਧਮ ਸਿੱਧਾ ਰਾਬਤਾ ਬਣਾਉਣਾ ਜੀ ਚੰਡੀਗੜ੍ਹ ਸਟੂਡੀਓ ਦੇ ਵਿੱਚ। ਪਹਿਲਾ ਨੰਬਰ ਹੈਗਾ 888-923-2656। ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ, ਡਾਇਰੈਕਟ ਸਾਡੇ ਨਾਲ ਇਹਨਾਂ ਨੰਬਰਾਂ 'ਤੇ ਕਾਲ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ। ਅਤੇ ਅਗਲਾ ਨੰਬਰ ਪੰਜਾਬ ਅਤੇ ਭਾਰਤ ਦੇ ਵਸਨੀਕਾਂ ਦੇ ਲਈ ਰੱਖਿਆ ਹੋਇਆ, ਉਹ ਹੈਗਾ ਜੀ 88-725-88-835। ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੇ ਗਲੀ ਮੁਹੱਲੇ ਦੀ ਕੋਈ ਵੱਡੀ ਖਬਰ ਹੁੰਦੀ ਹੈ, ਲਾਈਵ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਪ੍ਰੋਗਰਾਮ ਲਗਾਤਾਰ ਟੈਲੀਵਿਜ਼ਨ ਔਰ ਫੇਸਬੁੱਕ 'ਤੇ ਲਾਈਵ ਜਾ ਰਿਹਾ ਅਤੇ ਜਿਹੜੇ ਵੀ ਦਰਸ਼ਕ ਉੱਥੇ ਵੇਖ ਰਹੇ ਨੇ ਉਹ ਵੀ ਕਮੈਂਟਸ ਜ਼ਰੀਏ ਆਪਣੇ ਸਵਾਲ ਅਤੇ ਸੁਝਾਅ ਜਿਹੜੇ ਉਹ ਰੱਖ ਸਕਦੇ ਨੇ। ਸੋ ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ, ਬਲਦੀਪ ਸਿੰਘ ਕੰਗ ਜੀ ਦਾ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਦੀਪ ਜੀ, ਬਹੁਤ ਬਹੁਤ ਧੰਨਵਾਦ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ ਟੀਵੀ ਦੇ ਮਾਧਿਅਮ ਰਾਹੀਂ ਔਰ ਫੇਸਬੁੱਕ ਰਾਹੀਂ, ਔਰ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਪਰ ਆਪਣੇ ਕੀਮਤੀ ਵਿਚਾਰ ਨੇ ਜਿਹੜੇ ਸਾਡੇ ਨਾਲ ਸਾਂਝੇ ਕਰ। ਜੀ ਬਿਲਕੁਲ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੱਲੀ ਹੈ ਜੀ, ਸਟਾਰਟਿੰਗ ਦੇ ਵਿੱਚ ਹੀ ਮੈਂ ਅਕਸਰ ਦੋ ਬੇਨਤੀਆਂ ਕਰਦੀ ਹਾਂ ਕਿ ਜਦੋਂ ਵੀ ਤੁਸੀਂ ਕਾਲ ਕਰਨੀ ਹੈ ਕਿਰਪਾ ਕਰਕੇ 30 ਸੈਕਿੰਡ ਦੇ ਵਿੱਚ ਆਪਣੀ ਗੱਲ ਨੂੰ ਖਤਮ ਕਰਨਾ, ਅਤੇ ਜਦੋਂ ਤੁਹਾਡਾ ਫੋਨ ਲੱਗ ਜਾਂਦਾ ਤਾਂ ਟੈਲੀਵਿਜ਼ਨ ਦੀ ਆਵਾਜ਼ ਨੂੰ ਜ਼ਰੂਰ ਘਟਾ ਦਿਆ ਕਰੋ ਕਿਉਂਕਿ ਉੱਥੇ ਪ੍ਰੋਗਰਾਮ ਥੋੜ੍ਹਾ ਜਿਹਾ ਡਿਲੇ ਸੁਣਦਾ, ਇੱਥੇ ਪ੍ਰੋਗਰਾਮ ਸਾਡੇ ਕੋਲ ਲਾਈਵ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੁੰਦੀ ਹੈ। ਸੋ ਹੈਲੋ ਹੈਲੋ ਦੇ ਵਿੱਚ ਹੀ ਜ਼ਿਆਦਾ ਟਾਈਮ ਵੇਸਟ ਨਾ ਹੋਵੇ, ਆਪਾਂ ਗੱਲਬਾਤ ਪ੍ਰੋਪਰ ਤਰੀਕੇ ਨਾਲ ਕਰ ਸਕੀਏ। ਸੋ ਬਸ ਦੋ ਬੇਨਤੀਆਂ ਨੇ ਜਿਹੜੀਆਂ ਉਹ ਸਵੀਕਾਰ ਕੀਤੀਆਂ ਜਾਣ। ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਅਹਿਮ ਰਹਿਣ ਵਾਲੀਆਂ ਨੇ, ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬਾਰੇ ਕਿ ਡੇਰਾ ਮੁਖੀ ਰਾਮ ਰਹੀਮ ਕਿਸ ਤਰੀਕੇ ਦੇ ਨਾਲ ਸੁਰਖੀਆਂ ਦੇ ਵਿੱਚ ਅਕਸਰ ਛਾਏ ਰਹਿੰਦੇ ਨੇ, ਵਿਵਾਦਾਂ ਦੇ ਵਿੱਚ ਉਹਨਾਂ ਦਾ ਨਾਮ ਰਹਿੰਦਾ, ਉਹ ਭਾਵੇਂ ਕਿਤੇ ਕੋਈ ਨਾ ਕੋਈ ਧਰਨੇ ਪ੍ਰਦਰਸ਼ਨ ਹੋਣ, ਉਹ ਭਾਵੇਂ ਕਿਸੇ ਫਿਲਮ ਦਾ ਸੀਨ ਹੋਵੇ, ਉਹ ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਵੇ ਤਾਂ ਉਹਨਾਂ ਦੇ ਪਿਰੋਕਾਰਾਂ ਦਾ ਨਾਮ ਉੱਥੇ ਗੂੰਜਦਾ। ਤਾਂ ਹੁਣ ਤਾਂ ਬਹੁਤ ਸਾਰੇ ਜੇ ਸਭ ਤੋਂ ਵੱਧ ਅਸੀਂ ਕਹਿੰਦੇ ਕਿ ਸਾਧਵੀਆਂ ਦੇ ਜਬਰ ਜਨਾਹ ਦੇ ਕੇਸ ਦੇ ਵਿੱਚ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਹੇ ਨੇ, ਤਾਂ
छत्रपती पत्रकार की मौत के सिलसिले के भी उन्होंने सज़ा मिली हुई है तो बहुत सारे केस ने जोड़े इस वक्त उन्होंने चल रहे ने कई सज़ा भी भुगत रहे हैं पर फिर भी उन्होंने बड़े सौखे तरीके दे नाल पैरोल मिल जाती है क्योंकि 8 महीनों के दौरान तीजी बार 40 दिन की पैरोल से वह बाहर आ गए ने जिस दे नाल लोकां दे विच बहुत सारिया खबरां ने जड़ियां वह फैल रही ने कि लोग कहते हैं जो आम खास करके जो गल की जाए बंदी सिंह की रिहाई की तो बंदी सिंह जो कितने लंबे समय तो अपनी सजावं पूरी कर चुके ने या फिर वह लोग जिन्हां ते हले तक उन्होंने सबूत नहीं मिले कि उन्होंने गुनाह किहड़े कीते ने वह भी बेचारे जेलां दे विच सड़ रहे ने पर अजिहे लोग जिन्हां ते इन्ने तगड़े तगड़े केस ने जिन्हां दी सजावं भी सज़ा भी मिली हुई है पर फिर भी उस इंसान नूं इन्ने सौखे तरीके दे नाल पैरोल मिल जाती है तो चोणां दा मामला सरकार दा हथ है या किहड़ी उह पार्टी है जिन्हां वल्लों उन्हां नूं इन्नी ज़्यादा सपोर्ट है कि इन्नी ईजीली तरीके दे नाल इन्नी गार्ड दे नाल उन्हां नूं बाहर कढ दित्ता जांदा है सो इस पूरे ही खबर ते आपां बणांगे बलदीप जी दे नाल ते तुहाडी राय भी बहुत ज़्यादा जरूरी हुंदी है तुसीं भी साडे नाल जरूर बणना बलदीप जी की कहना चाहोगे बिल्कुल नवदीप डेरा मुखी राम रहीम सुरखियों च रहिंदे ने अक्सर ही और वैसे तो जेल दे विच सज़ा याफ्ता ने 2017 दे विच सीबीआई कोर्ट ने पंचकूला दे विच सुनवाई हुई और उत्थे जिहड़ा दोषी पाया गया राम रहीम नू ते साधवियां दे नाल जबर जना जिवें तुसीं जिक्र कीता कि उस मामले दे विच दोषी पाया गया और 20 साल की सज़ा जिहड़ी आ उस वेले सुनाई गई पर जेल दे विच उस दौरान बंद राम रहीम और उस तो बाद भी जिहड़े मामले ने कई होर चलते रहे जिस दे विच आपां कह लईए कि 2002 दे विच रणजीत सिंह नाम का एक शख्स जिसका जो कि डेरे का मैनेजर सी उसके कतल का इल्जाम भी जिहड़ा वो किते ना किते राम रहीम दे उपर आया हैगा नाल उन्हां दे होर भी कुछ शख्स सीगे इनवॉल्व उस कॉन्सपीरेसी दे विच तां उस दे विच जिहड़ा लाइफ इंप्रिजनमेंट उम्र कैद जिहड़ी सज़ा सुनाई गई सीगी उस मामले दे विच इस तो अगली गल करिए तां जिहड़ा होर भी एक जर्नलिस्ट दा पत्रकार दा जिहड़ा मामला आउंदा छत्रपति उस दे मामले दे विच भी दोषी जिहड़ा वो करार दिता गया हैगा तो जिहड़ा हुण इस दे उपर बयानबाजी हो रही है या सवाल खड़े हो रहे ने कि बार बार जिहड़े आ इन्ने संगीन जुर्म ने चाहे वह जबर जनाह का मामला हैगा चाहे वह किलिंग्स का मामला हैगा उस दे विच 8 महीने च पिछले 8 महीने च तीजी बार पेरोल मिल चुकी है जी। अंदाजा लगाओ कि इन्ना सीरियस जिहड़े क्राइम्स उहदे विच कन्विक्टिड होवे बंदा और 8 महीने च तीजी बार जिहड़ी है पेरोल ग्रांट कर दित्ती गई है अगर इन्हां दा पैटर्न देखिए पेरोल्स का तो पिछले 8 महीनों की गल करिए पहली फरवरी के महीने के इस 8 महीने की गल करिए पहली पेरोल मिलती है फरवरी के महीने के 7 फरवरी आई थिंक मेरे ख्याल पेरोल मिलती है और तुसी देखो कि 20 फरवरी पंजाब दे विच विधानसभा चोणा सी उस वेले जिहड़ी है इन्हां नूं 21 दिन की पेरोल मिलती है राम रहीम नूं और फिर अगे आईए तो आप जून के महीने च तकरीबन महीने की पेरोल मिलती है और हुण गल करिए अक्तूबर के महीने पेरोल मिल रही है और हुण भी जिहड़ा आदमपुर जो कि बाय इलैक्शन है सिरसा के लागे पै जांदा आदमपुर एक जिहड़ा इलाका हैगा उत्थे दीआं बाय इलैक्शनस ने हरियाणे दे विच ਤਾਂ ਕਿਤੇ ਨਾ ਕਿਤੇ ਉਸ ਨੂੰ ਵੀ ਦੇਖ ਕੇ ਜੋੜ ਕੇ ਦੇਖਿਆ ਜਾ ਰਿਹਾ ਇਸ ਦੇ ਨਾਲ ਪੰਚਾਇਤੀ ਇਲੈਕਸ਼ਨਸ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈਗਾ ਮੈਂ ਉਹੀ ਗੱਲ ਕਰ ਰਿਹਾ ਕਿ ਅਗਰ ਪੈਟਰਨ ਦੇਖੀਏ ਆਪਾਂ ਕਿ ਜਿਸ ਜਿਸ ਵੇਲੇ ਪੈਰੋਲ ਮਿਲੀ ਹੈ ਉਹ ਜ਼ਿਆਦਾਤਰ ਉਸ ਵੇਲੇ ਹੀ ਹੈ ਜਦੋਂ ਇਲੈਕਸ਼ਨਾਂ ਕਿਤੇ ਨਾ ਕਿਤੇ ਨੇੜੇ ਤੇੜੇ ਜਿਹੜੀਆਂ ਹੁੰਦੀਆਂ ਨੇ ਚਲੋ ਆਪਾਂ ਹਰਿਆਣੇ ਨੂੰ ਵੀ ਛੱਡ ਦਈਏ ਹਿਮਾਚਲ 'ਚ ਇਲੈਕਸ਼ਨਸ ਨੇ ਗੁਜਰਾਤ 'ਚ ਇਲੈਕਸ਼ਨਸ ਨੇ ਤੋ ਇਸ ਕਰਕੇ ਜਿਹੜਾ ਉਹ ਸਵਾਲ ਚੱਕੇ ਜਾ ਰਹੇ ਨੇ ਖਾਸ ਤੌਰ 'ਤੇ ਜਿਹੜੀਆਂ ਪੰਥਕ ਧਿਰਾਂ ਨੇ चाहे वह आप श्रोमणी गुरद्वारा प्रबंधक कमेटी की गल कर लिए श्रोमणी अकाली दल की कर गल कर लिए तो वह जरूर सवाल चक रहे ने भी एक पासे बंदी सिंह ने भी जिहड़े इन्ने इन्ने सालों तो जेलों के बंद ने और उन्होंने उपर कोई फैसला नहीं जिहड़ा सरकार लै रही हैगी रिहाई का सजावं पूरी कर चुके ने फिर भी कोई उस दे उपर कोई फैसला नहीं लिया जाता पिछले दिन ही कोर्ट के भाई बलवंत सिंह राजोआणा बारे सुनवाई हुई है और बकायदा तौर केंद्र सरकार ने हल्फनामा दायर किया
हलफनामे दे विच की लिखा है कि देखो जी हाल की घड़ी तक जियो पोलिटिकल सिचुएशन यह जी है या आप कह लिए कि पंजाब के हालात यह जे ने भी जी उम जी फांसी की सज़ा हैगी है उन्होंने उम्र कैद के तब्दील करन दे विच जिहड़ा वो हाले नहीं सोचा जा सकता या कोई नहीं किया जा सकता मतलब वह एक कि अगर सज़ा कन्वर्ट भी हो जाए अगर उस दे तहत सज़ा भी कन्वर्ट भी हो जाए तो भी जिहड़ा वो जेल दे विच ही रहणगे बलवंत सिंह राजूआणा पर उस करन नू भी हाल दी घड़ी तक उस चीज़ करन नू भी सरकार जिहड़ी है तैयार नहीं है तर्क बथेरे ने कि जी जियो पोलिटिकल कंडीशन ठीक नहीं है जी पंजाब दे हालात ठीक नहीं है जी या तमाम चीज़ा बॉर्डर एरिए दा खिता हैगा पर सवाल नवदीप इत्थे खड़े हो जांदे ने भी डेरा सच्चा सौदा राम रहीम है जिहड़ा वो ਉਹਦਾ ਉਹਦੇ ਉੱਪਰ ਰੇਪ ਦੇ ਕੇਸ ਨੇ ਕਿਲਿੰਗਸ ਦੇ ਕੇਸ ਨੇ ਬਿਲਕੁਲ ਬਾਨੋ ਦਾ ਕੇਸ ਦੇਖ ਲਓ ਆਪਾਂ ਉਸ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਕਾਤਲ ਨੇ ਅਤੇ ਰੇਪਿਸਟ ਨੇ ਜਿਹੜੇ ਉਹ ਰਿਹਾ ਕੀਤੇ ਜਾਂਦੇ ਹੈਗੇ ਨੇ ਤਾਂ ਅਗਰ ਬਲਵੰਤ ਸਿੰਘ ਰਾਜੂਆਣਾ ਦੇ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਪੰਜਾਬ 'ਚ ਹਾਲਾਤ ਖਰਾਬ ਹੋ ਸਕਦੇ ਨੇ ਜਾਂ ਸਿਚੁਏਸ਼ਨ ਵਿਗੜ ਸਕਦੀ ਹੈ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਬਿਲਕੁਲ ਬਾਨੋ ਦੇ ਜਿਹੜੇ ਕਾਤਲ ਨੇ ਜਾਂ ਰੇਪਿਸਟ ਨੇ ਰਿਹਾ ਹੋਣ ਦੇ ਨਾਲ ਜਾਂ ਜਿਹੜੇ ਸਾਧਵੀਆਂ ਦਾ ਰੇਪਿਸਟ ਹੈ ਉਹ ਰਿਹਾ ਹੋਣ ਦੇ ਨਾਲ ਸਮਾਜ ਨੂੰ ਕਿੱਦਾਂ ਦਾ ਮੈਸੇਜ ਆਊਗਾ ਕਿ ਉਹਦੇ ਨਾਲ ਕੋਈ ਸੋਸ਼ਲ ਸਿਚੁਏਸ਼ਨ ਖਰਾਬ ਨਹੀਂ ਹੁੰਦੀ ਜਾਂ ਜਿਹੜੇ ਨੌਜਵਾਨ ਨੇ ਜਾਂ ਬੱਚੇ ਨੇ ਉਹਨਾਂ ਦੀ ਮੈਂਟੈਲਿਟੀ 'ਚ ਕੀ ਜਾਊਗੀ ਕਿ ਯਾਰ ਜੇ ਇਹਨਾਂ ਨੇ ਇਹ ਚੀਜ਼ ਕੀਤੀ ਸੀ ਉਹ ਅੱਜ ਵੀ ਬਾਹਰ ਫਿਰਦੇ ਨੇ ਉਹਦਾ ਮੈਸੇਜ ਕੀ ਜਾਊਗਾ ਤੁਸੀਂ ਇਹ ਤਾਂ ਕਹਿ ਰਹੇ ਹੋ ਕਿ ਬਲਵੰਤ ਸਿੰਘ ਰਾਜੂਆਣਾ ਜਾਂ ਹੋਰ ਦਵਿੰਦਰਪਾਲ ਸਿੰਘ ਭੁੱਲਰ ਨੇ ਜਾਂ ਹੋਰ ਜਿਹੜੇ ਬੰਦੀ ਸਿੰਘ ਨੇ ਵੀ ਉਹਨਾਂ ਦੇ ਨਾਲ ਸਿਚੁਏਸ਼ਨ ਵਿਗੜ ਸਕਦੀ ਹੈ ਤਾਂ ਉੱਥੇ ਕੋਈ ਗਲਤ ਮੈਸੇਜ ਨਹੀਂ ਜਾਂਦਾ ਇਹ ਆਪਣੇ ਆਪ 'ਚ ਸਵਾਲ ਨੇ ਜੀ ਬਿਲਕੁਲ ਅਤੇ ਕਾਲਰ ਵੀ ਸਾਡੇ ਨਾਲ ਬਣ ਗਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਧਾਲੀਵਾਲ ਤੇ ਕਾਂਗਰਸ ਸਾਹਿਬ ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ ਧਾਲੀਵਾਲ ਸਾਹਿਬ ਅੱਜ ਕੱਲ੍ਹ ਮਾਨ ਜੋ ਕੋਰਟ ਕੋਰਟਾਂ ਵੀ ਮੌਸਮ ਦੇ ਹਿਸਾਬ ਨਾਲ ਮਤਲਬ ਕਿ ਸਰਕਾਰਾਂ ਦੀ ਮਰਜ਼ੀ ਦੇ ਹਿਸਾਬ ਨਾਲ ਫੈਸਲੇ ਲੈਂਦੀਆਂ ਹਨ ਜਿਸ ਤਰ੍ਹਾਂ 84 ਦੇ ਕਤਲੇਆਮ ਬੰਦੀ ਸਿੰਘਾਂ ਦੀ ਰਿਹਾਈ ਬਾਬਰੀ ਮਸਜਿਦ ਦਾ ਫੈਸਲਾ ਨਵਾਂ ਸ਼ਹਿਰ ਵਿੱਚ ਟੀਚਰ ਰੱਖਣ ਵਾਸਤੇ ਉਮਰ ਕੈਦ ਦੀ ਸਜ਼ਾ ਤੇ ਜਿਹੜੇ ਸਰਕਾਰਾਂ ਦੇ ਵਿੱਚ ਵੱਡੇ ਵੱਡੇ ਰੈਪਿਸਟ ਬਲਾਤਕਾਰੀ ਗੁੰਡੇ ਚੋਰ ਕਾਤਲ ਅਨੇਕਾਂ MLA MP ਤੇ ਹੋਰ ਉੱਚ ਅਧਿਕਾਰੀ ਵੀ ਬੈਠੇ ਹਨ ਇੱਕ ਪਾਸੇ ਏਡੇ ਵੱਡੇ ਦੋਸ਼ੀ ਜਿਸਨੂੰ ਕਿ ਬਾਹਰ ਲਿਆ ਕੇ ਵੀ ਵੱਡੀ ਸਕਿਉਰਟੀ ਵਿੱਚ ਰੱਖਣਾ ਪੈਂਦਾ ਹੈ ਕਾਨੂੰਨ ਵਿਵਸਥਾ ਦੀ ਵੀ ਪ੍ਰੋਬਲਮ ਪੈਦਾ ਹੁੰਦੀ ਹੈ ਉਸ ਭੱਦਰ ਪੁਰਸ਼ ਨੂੰ ਜਿਸਨੇ ਕਿ ਉਹ ਕੁਕਰਮ ਕੀਤੇ ਹਨ ਜਿਸਦੀ ਕੋਈ ਮਿਸਾਲ ਨਹੀਂ ਹੈ ਬਾਰ ਬਾਰ ਉਹਨੂੰ ਰਾਇਤਾਂ ਵੀ ਦੇ ਰਹੇ ਹਨ ਦੂਜੇ ਪਾਸੇ ਘਾਟੀਆਂ ਤੇ ਉਹਨੂੰ ਅੰਦਰ ਡੱਕਿਆ ਹੋਇਆ ਹੈ ਇਹ ਕਿੱਥੋਂ ਦਾ ਇਨਸਾਫ਼ ਹੈ ਕਿੱਥੋਂ ਦੀ ਸਰਕਾਰ ਹੈ ਜੇਕਰ ਹਾਲਾਂਕਿ ਜੇਕਰ ਅੱਜ ਵੀ ਕੋਈ ਇਨਸਾਨ ਇਸ ਪਾਰਟੀ ਦੀ ਸਪੋਰਟ ਕਰਦਾ ਹੈ ਚਾਹੇ ਉਹ ਅਕਾਲੀ ਹੈ ਚਾਹੇ ਕੋਈ ਸਿੱਖ ਚਿਹਰੇ ਵਿੱਚ ਜਿਸ ਤਰ੍ਹਾਂ ਕਿ ਸਿਰਸੇ ਵੱਧ ਕੇ ਹੈਗੇ ਆ ਈਵਨ ਹੈ ਕਿ ਸਾਡਾ ਇੱਕ ਸਿੱਖ ਚੇਅਰਮੈਨ ਵੀ ਲਾਇਆ ਹੋਇਆ ਹੈ ਜਿਹੜਾ ਕਿ ਚੰਗਾ ਸਾਬਕਾ ਪੁਲਿਸ ਅਧਿਕਾਰੀ ਵੀ ਹੈ ਸੁਨੇਹਾ ਹੈ ਚੰਗਾ ਵਿਦਵਾਨ ਵੀ ਜਿਹੜਾ ਲੇਖ ਵੀ ਹੈ ਉਸਨੇ ਜਿਸ ਦਿਨ ਦਾ ਉਹ ਲਾਇਆ ਚੇਅਰਮੈਨ ਲਾਇਆ ਆ ਤੇ ਉਸ ਦਿਨ ਮੇਰੇ ਖਿਆਲ ਨੂੰ ਇੱਕ ਵੀ ਲਫ਼ਜ਼ ਨਹੀਂ ਬੋਲਿਆ ਹੈਗਾ ਕਿਉਂਕਿ ਇਸ ਸਰਕਾਰ ਦਾ ਪਾਲਤੂ ਬਣਿਆ ਹੈ ਅੱਜ ਫਿਰ ਵੀ ਜੇਕਰ ਅਸੀਂ ਇਹਨਾਂ ਲੋਕਾਂ ਦੀ ਫਿਰ ਵੀ ਸਪੋਰਟ ਕਰਦੇ ਹਾਂ ਮੇਰੇ ਖਿਆਲ ਇਸ ਤੋਂ ਵੱਡੀ ਲਾਹਤ ਕੋਈ ਨਹੀਂ ਹੈਗੀ ਬਾਕੀ ਬਦਨਾਮੀ ਬੇਇੱਜ਼ਤੀ ਜਾਂ ਮਿਸਾਲਾਂ ਜਿੰਨੀਆਂ ਮਰਜ਼ੀ ਦੇ ਲਓ ਬਹੁਤ ਥੋੜ੍ਹੀਆਂ ਪੈ ਜਾਂਦੀਆਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਪਿਆਰਾ ਸਿੰਘ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖੋ ਸਾਹਿਬ ਬੜੇ ਟਾਈਮ ਬਾਅਦ ਤੁਸੀਂ ਹਾਜ਼ਰੀ ਲਵਾ ਰਹੇ ਹੋ ਵਾਹਿਗੁਰੂ ਜੀ ਮੈਂ ਸਭ ਤੋਂ ਪਹਿਲਾਂ ਨਵੇਂ ਪਿਆਰੇ ਆਦਮੀ ਨੂੰ ਬੜੇ ਪਿਆਰੇ ਬਲਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਬੁਲਾਉਣੇ ਆ ਕਿਉਂਕਿ ਇਹਨਾਂ ਨੂੰ ਪਹਿਲੀ ਵਾਰ ਕਰ ਲੱਗਾ ਕਿਉਂਕਿ ਪਹਿਲਾਂ ਸਿੱਧੂ ਸਾਹਿਬ ਹੁੰਦੇ ਸੀ ਇਹ ਇਹਨਾਂ ਨੂੰ ਮੈਂ ਦਰਸ਼ਨ ਮਿਲੇ ਤਾਂ ਕਰਦਾ ਰਿਹਾ ਸੀ ਪਰ ਮੇਰੇ ਹੋ ਨਹੀਂ ਸਕੀ ਮੈਂ ਸਾਰਾ ਢਿਲਾ ਰਿਹਾ ਤੇ ਅੱਜ ਮੈਂ ਪਹਿਲੀ ਵਾਰ ਕਰ ਲੱਗਾ ਇਹਨੂੰ ਤੁਹਾਡਾ ਤਾਂ ਮੇਰਾ ਨਾਲ ਪਿਆਰ ਕਾਫੀ ਕਰਦਾ 5-4 ਸਾਲ ਦਾ ਬੇਨਤੀ ਹੈ ਵੀ ਜਿਹੜੀ ਗੱਲ ਤੁਸੀਂ ਅੱਜ ਮੁੱਦਾ ਲਿਆਏ ਆ ਬਹੁਤ ਤਕੜਾ ਮੁੱਦਾ ਵੀ ਇਹ ਪਹਿਲੇ ਭਾਈ ਸਾਹਿਬ ਜੀ ਦੱਸ ਗਏ ਆ ਵੀ ਇੱਕ ਪਾਸੇ ਸਿੰਘਾਂ ਨਾਲ ਦੂਜਿਆਂ ਨਾਲ ਪੰਜਾਬੀਆਂ ਨਾਲ ਤੇ ਦੇਸ਼ ਵਾਸੀਆਂ ਨਾਲ ਕੀ ਹੋ ਰਿਹਾ ਇਹ ਮਤਲਬ ਇਹਨੂੰ ਸਾਧ ਨੂੰ ਮਤਲਬ ਦੂਜੇ ਤੀਜੇ ਮਹੀਨੇ ਦਿੰਦੇ ਆ ਦੂਜੀ ਪਰ ਵੋਟਾਂ ਪੈਂਦੀਆਂ ਹੈ ਨੀ ਇਹਨੂੰ ਕਿਉਂਕਿ ਸਾਧ ਨੂੰ ਵੋਟਾਂ ਸਾਧ ਦੇ ਮਗਰ ਵੋਟਾਂ ਹੈ ਜਿਹੜਾ ਇਹੋ ਜਿਹਾ ਕਲਸ਼ਣਾ ਪਾਉਂਦਾ ਉਹਦੇ ਮਗਰ ਵੋਟਾਂ ਨੀ ਹੁੰਦੀਆਂ ਉਹਦੇ ਦਿਖਾਵਾ ਹੁੰਦਾ ਜੀ ਇਸ ਕਰਕੇ ਧੰਨਵਾਦ ਤੁਹਾਡਾ ਤੁਸੀਂ ਬਹੁਤ ਵਧੀਆ ਮਸ਼ਾ ਲਿਆਏ ਆ ਦੂਜੇ ਫਿਰ ਨਵੇਂ ਸਹਿਯੋਗੀ ਆਦਮੀ ਨੂੰ ਨਵੇਂ ਕਾਰੇ ਨੂੰ ਬਲਦੀਪ ਸਿੰਘ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਬੇਸ਼ੱਕ
सौदा साहब नू जड़ी पैरोल है वह मिल जाती है, भावें सियासी पार्टियां भी इसका लाहा चुकन की कोशिश करते हैं, पर जो जो जिड़िया जिड़िया भी पार्टियां ने सियासी लाहा चुकन की कोशिश की उन्होंने पार्टियां लोगों ने दरकिनार कर दिता। जे असी अकाली दल की भी गल कर लिए तो अकाली दल हाशिए तो क्यों चला गया, क्योंकि सौदा साहब नू मुआफ़ी दवाई गई है ना, वो किसने भेजी, किस तो मुआफ़ी मंगी या की गलबात होया, तो मतलब कि वह सारिया चीज़ा ने जड़िया विच इनवॉल्व हो जाए ने कि पर उही गल जिवें कि तुसीं दस्या कि जो एक इंसान एक ऐसा इंसान जड़ा इंसान कहाउण दे लायक ही नहीं, जिस ते इन्ने सारे इल्जाम ने जो सज़ा भी भुगत रहा, पर उसनू इस तरीके दे नाल समाज दे विच छड़ देना उसनू तो वाकया ही नौजवानों के लिए स्नेह जो वधिया नहीं जाएगा। नौजवानों भी ये लगेगा कि जो यदा कुछ नहीं बिगाड़ सके तो बाकी जो प्रशासन है या सरकार ने की बिगाड़ लेनगियां। बिल्कुल नंदीप, जिहड़ी तुसीं सियासत की गल की है ये बिल्कुल सही गल है कि डेरिया के उपर सियासतदान अक्सर जाते रहे, तस्वीर वह अजक इंटरनेट से सर्च करके कोई भी देख सकता उस चीज़ को, चाहे श्रोमणी अकाली दल की गल करिए चाहे कांग्रेस की गल करिए, तो समय समय सिर जदों जदों वोटां लैनियां हुंदियां ने तां डेरिया के उपर सियासतदान जाते हैं। हुण भी आपां देखदे हां कि रीसेंट चोणां होईयां ने तो उस दे विच भी डेरिया तक पहुँच जिहड़ी आ उह कीती गई है, और जिहड़ी आपां गल करदे हां कि डेरा मुखी राम रहीम दी पेरोल दी, क्योंकि बड़े संगीन इल्जामां दे विच उह उसनूं कन्विक्ट किया गया और 8 महीने च तीजी पेरोल, अजिही की मजबूरी है, मतलब समझ ये नहीं लग रही कि आम कोई कैदी हो, मेरे ख्याल एक साल दे विच एक बार भी पेरोल मिल जाए तो बड़ी गनीमत है, बहुत उसनू मन्या जांदा कि, पर 8 महीने च तीजी पेरोल, प्रशासन ये कह रहा कि जिन्ना ने सरकार ने बेसिकली पेरोल देनी सरकार दे हिस्से दे ही एक हिसाब नाल काम हुंदा, हरियाणे च बीजेपी की सरकार है, केंद्र च भी बीजेपी की सरकार है, और वह कहते हैं कि विहार जिहड़ा वतीरा जिहड़ा वह बहुत वधिया, गुरमीत राम रहीम दा जेल दे विच जो विचरण का तरीका है विहार है वतीरा हैगा वह बहुत वधिया, इस करके असी तीजी पेरोल जिहड़ी आ बार बार जिहड़ी पेरोल है दित्ती जा रही है। मैनू यह नहीं, मैनू यह दसो भी बलवंत सिंह राजोआणा दविंदरपाल सिंह भुल्लर उन्हां दा वतीरा जेल दे विच माड़ा है जां अज तक कोई खबर इदां दी, बिक्रम सिंह मजीठिया ने जिहड़े पिछले दिन रह के आए ने जेल दे विच, और उत्थे बिक्रम सिंह मजीठिया खुद दस रहे ने कि जिद्दां दा विहार या रहण दा तरीका बलवंत सिंह राजोआणा उन्हां दा हैगा भी मैं शायद नहीं देखिया है, कहिंदे भी जेल दे विच कदे कोई समस्या भी हो जाती है तो उस वेले जेल प्रशासन है जिहड़ा बलवंत सिंह राजोआणा की सलाह जिहड़ी आ उह जरूर लैंदा उस गल ते, इह बिक्रम सिंह मजीठिया कह रहे ने अकाली दल दे इक नामी चेहरा, और उह उत्थे समझण वाली गल है कि अगर उह जेल दे विच कोई किसी नूं तंग परेशानी नहीं कर रहे, जेल दे विच कुछ नहीं हो रहा हैगा तो फिर बाहर आके सिचुएशन किवें विगड़ जाएगी, मैनूं इह नहीं समझ आ रही। एक पासे जेलां दे विच तुहाडे जिहड़े गैंगस्टर ने ओ फोना दे जरिए सारा कुछ ऑपरेट करते हैं, है तुसी खुद दसदे हो ये गल कि गैंगस्टर फोना दे जरिए सारा कुछ ऑपरेट करते हैं, और एक गैंगस्टर थोड़े हत्थों फरार भी हो जाता है, पर दूजे पासे जिन्ना सिखा ने 25-25 साल 30-30 साल लगभग 2.5-3 दहाके जेलों के कट ले ने, अपनी उम्र तो भी ज़्यादा सज़ा जी कट चुके ने, पर फिर भी कोई जड़ा कोई रहम दी अपील या उन्हां दी कोई रिहाई दी गल जिहड़ी है वो किते भी नहीं हो रही हैगी है, किते ना किते फिर नवदीप जदों ये गल्लां छिड़दियां ने तां जिहड़े सिख चिंतक ने खास तौर पर वो ये गल कहिंदे ने कि सिटीजन 1 सिटीजन 2 पहले दर्जे दे शहरी ते दूजे दर्जे दा शहरी दी गल है जिहड़ी वह फिर उत्थे आके खड़ी हो जाती है भी कौन पहले दर्जे दा शहरी है कौन दूजे दर्जे दा शहरी है। जी बिल्कुल, तो बलदीप जी जिवें 7 समुंदर पार जिथे जिथे साडे पंजाबी रहिंदे ने उन्हां वल्लों भी बंदी सिंघां दी रिहाई दे लई बहुत सारे उपराले किए जा रहे हैं, ईवन कि बहुत सारिया खबरां ऐसी आ रही ने कि उन्हां नूं उम्मीद है कि हुण बंदी छोड़ दिवस है जिहड़ा वह नेड़े आ रहा है भी शायद सरकार कोई सुखावी खबर है जिहड़ी वह दे। नवदीप को चलो उम्मीद करते हैं कि इदा हो जाए, असी भी उम्मीद करते हैं कि इस तरीके हो, इस तो पहला 550 साल प्रकाश पुरब के उपर जिहड़ा गुरु नानक साहब का प्रकाश पुरब से 550 साल मनाया गया सी, जिहदे करतारपुर साहब का लांघा जिहड़ा खोलिया गया सी, उस वेले भी कहिंदे केंद्र सरकार ने वादा किया सीगा कि असी बंदी सिंह रिहा करांगे, तो आप देखते हैं कि हुण बकायदा तौर SGPC ने तो पोस्टर जारी किए हुए ने, फ्लैक्सा लगिया हुई ने बड़िया,
ते मंग की जा रही है कि बंदी सिंह रिहा किए जाण। इहदा मतलब तो यही होया ना कि 550 साल ते तुसी वादा कीता सी पर पूरा जिहड़ा ओह नहीं कीता पुगाया नहीं हैगा। तां इह इह चीज़ां ने नवदीप क्या बड़ा कुछ जांदा जां क्या सराइयां बहुत हुंदियां ने पर ओह अमली जामा उसनू पहनाया जाता है या नहीं, ये ये एक बड़ा सवाल है। पर डेरा मुखी वर्गे जिहड़े जे संगीन जुर्म दे विच कन्विक्ट होए ने सजा याफ्ता ने उन्हां नूं 8 महीने च तीजी पेरोल मिलनी, मैनूं इह नहीं समझ लगता भी प्रशासन की की मजबूरी है भी इन्नी छेती जिहड़ी है। चलो ये तो चीज मन्नी जा सकती है भी साल च एक पेरोल मिल गई, चलो मान सकते हैं इस गल नूं, 8 महीने च तीजी पेरोल आ गई है ते ए, मतलब समझ तो बाहर दी गल है भी अजिही की मजबूरी है प्रशासन दी जां सरकारां दी भी गुरमीत राम रहीम नूं जिहड़ा हैगा ओ पेरोल देनी जिहड़ी है ओह अत लाजमी बन गई है। जी बिल्कुल, ते कॉलर भी लगातार साडे नाल बन रहे ने, उहनां दे नाल भी आपां गल्लबात करदे जावांगे। सत श्री अकाल जी, स्वागत है जी तुहाडा। सत श्री अकाल जी। सत श्री अकाल जी। मैं तां इह कहना चाहुंदा जिहड़ी आ साडे इंडिया दा जुडिशियल सिस्टम है ਉਹ ਪਿਛਲੇ 7-8 ਸਾਲ ਤੋਂ ਦੇਖ ਲਓ ਸਿੱਧਾ ਸੈਂਟਰ ਸਰਕਾਰ ਦੇ ਅੰਦਰ ਜਾਂਦਾ। ਇੱਕ ਕਾਲੇ ਬੰਦ ਨੂੰ ਦੇਖ ਕੇ ਜੱਜ ਫੈਸਲਾ ਕਰਦਾ ਬਾਬਰੀ ਮਸਜਿਦ ਦੇ ਮੰਦਿਰ ਦਾ, ਰਾਮ ਮੰਦਿਰ ਦਾ, ਫਿਰ ਉਹਨੂੰ ਬਾਅਦ ਵਿੱਚ ਰਾਜ ਸਭਾ ਦਾ ਮੈਂਬਰ ਬਣਾਇਆ ਜਾਂਦਾ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਜਿਹੜੇ ਗੁਜਰਾਤ ਦੇ ਵਿੱਚ ਜੈਨੋਸਾਈਡ ਹੋਇਆ ਸੀਗਾ ਉਹਦੇ ਕੇਸ ਨੂੰ ਸੁਪਰੀਮ ਕੋਰਟਾਂ ਨੇ ਬੰਦ ਹੀ ਕਰ ਦਿੱਤਾ ਕਿ ਬਹੁਤ ਸਮਾਂ ਹੋ ਗਿਆ। ਉਹਦੇ ਵਿੱਚ ਇੱਕ ਬਜਰੰਗੀ ਸੀਗਾ, ਉਹਨੇ 197 ਬੰਦੇ ਮਾਰੇ ਸੀ, ਇੱਕ ਪ੍ਰੈਗਨੈਂਟ ਲੇਡੀ ਦੇ ਚਿੜ ਦੇ ਵਿੱਚੋਂ ਬੱਚਾ ਕੱਢ ਕੇ ਨਾ ਕਿਰਪਾਨ ਤੇ ਟੰਗਿਆ ਸੀ ਨਾ, ਬੰਨਿਆ ਸੀ ਕੋਰਟ ਦੇ ਵਿੱਚ ਕਿ ਹਾਂ ਮੈਂ ਕੀਤਾ ਇਹ। ਅੱਜ ਉਹ ਫੁੱਟਵੇਅਰ ਦੀ ਸ਼ੋਪ ਕਰ ਰਿਹਾ ਗੁਜਰਾਤ ਦੇ ਵਿੱਚ, ਉਹ ਬਾਹਰ ਆ ਗਿਆ ਕਦੋਂ ਕਦੋਂ ਦਾ, ਠੀਕ ਹੈ ਜੀ। ਇਹ ਸਾਡੇ ਵਾਸਤੇ ਕੋਈ ਫੈਸਲੇ ਹੋਰ ਨੇ, ਇੱਥੇ ਕਾਨੂੰਨ ਹੋਰ ਹੈ, ਇਹਨਾਂ ਵਾਸਤੇ ਹੋਰ ਹੈ। ਇਹ ਸਾਡੇ ਪਾਣੀ ਦੇ ਮਸਲੇ ਉਲਝਾਏ ਪਏ ਨੇ, ਮੈਂ ਚੰਡੀਗੜ੍ਹ ਦੇ ਮਸਲੇ ਉਲਝਾਏ ਪਏ ਨੇ, ਸਾਡੇ ਡੈਮ ਖੋਲੇ ਨੇ, ਏਦਾਂ ਦੀਆਂ ਪਾਵਰਾਂ ਖੋਲੀਆਂ, ਮਤਲਬ ਕਹਿਣ ਦਾ ਭਾਵ ਹੈ ਸਾਨੂੰ ਪੈਰ ਪੈਰ ਤੇ ਲੜਾਇਆ ਜਾ ਰਿਹਾ। ਕਿਵੇਂ ਲੜਾਇਆ ਜਾ ਰਿਹਾ? ਕਿਉਂਕਿ ਜਿਹੜੇ ਸਾਡੇ ਬਰਬੜੇ ਸਿੱਖ ਲੀਡਰ ਜਿਹੜੇ ਆਪਣੇ ਆਪ ਨੂੰ ਬਹੁਤ ਘੈਂਟ ਲਾਉਂਦੇ, ਉਹਨਾਂ ਨੂੰ ਖਰੀਦਿਆ ਜਾ ਚੁੱਕਿਆ। ਉਹ ਜਦੋਂ ਵੀ ਕੋਈ ਪੰਜਾਬ ਦੇ ਹੱਕ ਦੀ ਗੱਲ ਹੁੰਦੀ ਤੋਤੇ ਵਕਤ ਟੈਂ 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 ਪੰਜਾਬ ਦੇ ਖਿਲਾਫ ਹੀ ਬੋਲਦੇ ਨੇ। ਉਹ 4 ਖਾਲਿਸਤਾਨੀ ਨੇ ਰੱਖੇ ਹੋਏ ਨੇ ਲੰਡਨ ਦੇ ਨਿਕੜੇ ਦੇ ਵਿੱਚ, ਉਹਨਾਂ ਦੇ ਇੱਕ ਵੀਡੀਓ ਪਵਾਉਂਦੇ ਨੇ ਤੇ ਉਹਨਾਂ ਦੇ ਵਿੱਚ ਨੂੰ ਸਾਰੇ ਪੰਜਾਬ ਨੂੰ ਗਾਲਾਂ ਕੱਢਦੇ ਨੇ, ਸਾਰੇ ਪੰਜਾਬੀਆਂ ਨੂੰ ਗਾਲਾਂ ਕੱਢਦੇ ਨੇ। ਜਦੋਂ ਤੱਕ ਸਾਨੂੰ ਇਹ ਸਮਝ ਨਹੀਂ ਆਉਂਦੀ ਜੀ ਸਾਡੀ ਸ਼ਰਮਾ ਸੋਸਾਇਟੀ ਸੀ, ਉਹਦਾ ਗਰੀਬ ਘਰਾਂ ਦੇ ਬੱਚੇ ਹੁਣ ਤੱਕ ਬਹੁਤ ਦੂਰ ਤੱਕ ਸੈੱਟ ਕਰ ਦਿੰਦੀ। ਆਰ ਐਸ ਐਸ ਨੇ ਹਰ ਕੰਟਰੀ ਦੇ ਵਿੱਚ ਆਪਣੇ ਬੰਦੇ ਸੈੱਟ ਕੀਤੇ ਹੋਏ ਨੇ, ਜਿਹਦੇ ਉੱਤੇ ਐਮ ਐਲ ਏ ਐਮ ਪੀ ਬਣੇ ਹੋਏ ਨੇ। ਸਾਡੇ ਨੇ ਕੀ ਕੀਤਾ, ਇਹਦਾ ਜਿਹੜੇ ਰਾਗੀ ਜਾਂਦੇ ਨੇ ਪ੍ਰਚਾਰ ਕਰਨ ਵਾਸਤੇ ਤੁਸੀਂ 5000 ਰੁਪਏ ਕਿੰਨਾ ਮੰਗਦੇ ਨੇ, ਜਿਹੜਾ ਕਰਕੇ ਸਾਡੇ ਆਪਣੇ ਨੇ ਕੀਤਾ ਨਾ ਜੀ, ਬਾਹਰਲੇ ਨੇ ਕੀਤਾ, ਜਿਹੜੇ ਸਾਡੇ ਖਿਲਾਫ਼ ਬੋਲਣ ਵਾਲੇ ਸਾਡੇ ਹੀ ਨੇ ਜਿਹੜੇ ਉੱਥੇ ਖਰੀਦ ਕੇ ਬਿਠਾਏ ਹੋਏ ਨੇ ਦਿੱਲੀ ਦੇ ਵਿੱਚ, ਆ ਕੇ ਚੈਨਲਾਂ ਤੇ ਬੈਠਦੇ ਨੇ ਚੁੜੀਆਂ ਲੈ ਕੇ। ਹੈ ਨਾ ਪਾਕਿਸਤਾਨ ਦਾ ਲਾਇਆ ਜਾਂਦਾ ਅਸਲਾ ਮੱਧ ਪ੍ਰਦੇਸ਼ ਤੋਂ ਆਉਂਦਾ, ਹੈ ਨਾ ਪਾਕਿਸਤਾਨ ਦਾ ਲਾਇਆ ਜਾਂਦਾ ਅਸਲਾ ਦਿੱਲੀ ਔਰ ਗੁਜਰਾਤ ਤੋਂ ਆਉਂਦਾ, ਹੈ ਆਪ ਸਿੱਧਾ ਗੁਜਰਾਤ ਦੇ ਥਰੂ ਪਾਕਿਸਤਾਨ ਨਾਲ ਬਿਜਨਸ ਕਰ ਰਹੇ ਨੇ, ਹੈ ਪੰਜਾਬ ਦਾ ਤੇ ਬਾਰਡਰ ਸਟੇਟ ਬੜਾ ਖਤਰਾ ਜੀ ਇੱਥੇ। ਇਹ ਬੜਾ ਮਤਲਬ ਇਹਨਾਂ ਦਾ ਦੋਗਲਾਪਣ ਚੱਲ ਰਿਹਾ ਜਿਹੜਾ ਕਿ ਪੰਜਾਬੀ ਨੂੰ ਕਦੇ ਇਨਸਾਫ਼ ਨਹੀਂ ਮਿਲੂਗਾ। ਇਹ ਸਾਨੂੰ ਸੋਚਣਾ ਪਊਗਾ ਵੀ ਅਸੀਂ ਆਪਣੇ ਬੱਚਿਆਂ ਨੂੰ ਸਕਿੱਲ ਬਣਾ ਕੇ ਕਿਵੇਂ ਅੱਗੇ ਵਧਣਾ, ਲੜਾਈ ਨਾਲ ਅੱਗੇ ਨਹੀਂ ਵਧਿਆ ਜਾ ਸਕਦਾ, ਦਿਮਾਗ ਨਾਲ ਅੱਗੇ ਵਧਿਆ ਜਾਊਗਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਬਲਦੀਪ ਜੀ ਕੀ ਕਹਿਣਾ ਚਾਹੋਗੇ? ਬਿਲਕੁਲ ਨਵਦੀਪ, ਉਹਨਾਂ ਨੇ ਕਾਫੀ ਅਹਿਮ ਪੁਆਇੰਟ ਦਾ ਜ਼ਿਕਰ ਕੀਤਾ, ਖਾਸ ਤੌਰ ਤੇ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਥਿਆਰ ਨੇ ਜਿਹੜੇ ਉਹ ਪਾਕਿਸਤਾਨ ਨਹੀਂ ਬਲਕਿ ਐਮ ਪੀ ਜਾਂ ਹੋਰ ਸੂਬਿਆਂ ਦੇ ਵਿੱਚੋਂ ਆਉਂਦੇ ਹੈਗੇ ਨੇ। ਤੋ ਇਹ ਬਹੁਤ ਲਾਜ਼ਮੀ ਗੱਲ ਹੈ ਕਿਉਂਕਿ ਜਦੋਂ ਵੀ ਇਹ ਚੀਜ਼ ਕਹੀ ਜਾਂਦੀ ਹੈ ਕਿ ਬਾਰਡਰ ਤੋਂ ਹਥਿਆਰ ਆਏ ਜੀ, ਪਾਕਿਸਤਾਨ ਨੇ ਹਥਿਆਰ ਸਪਲਾਈ ਕੀਤੇ, ਤਾਂ ਉੱਥੇ ਸਵਾਲ ਖੜਾ ਹੁੰਦਾ ਕਿ ਬਾਰਡਰ ਦੇ ਉੱਪਰ ਸਿਕਿਉਰਿਟੀ ਫੋਰਸਿਸ ਕਿਹਦੀਆਂ ਨੇ? ਕੇਂਦਰ ਦੀਆਂ। ਅਗਰ ਉਹ ਸਿਕਿਉਰਿਟੀ ਫੋਰਸਿਸ ਇੰਨੀ ਭਾਰੀ ਡਿਪਲੋਇਮੈਂਟ ਆ ਉੱਥੇ, ਉਸ ਤੋਂ ਬਾਅਦ ਹਥਿਆਰ ਆ ਰਹੇ ਨੇ, ਤਾਂ ਫਿਰ ਤੁਹਾਡੀ ਸਿਕਿਉਰਿਟੀ ਫੋਰਸਿਸ ਦੇ ਉੱਪਰ ਕੰਸਰਨ ਰੇਜ਼ ਹੁੰਦਾ। ਦੂਜੀ ਪਾਸੇ ਜਿਹੜਾ ਯੂਪੀ ਦੇ ਵਿੱਚ ਅਸਲਾ ਜਾਂ ਬਿਹਾਰ ਦੇ ਵਿੱਚ ਅਸਲਾ ਜਿਹੜਾ ਉਹ ਨਾਜਾਇਜ਼ ਬਹੁਤ ਮਿਲਦਾ, ਇਹ ਗੱਲ ਤੋਂ ਕੋਈ ਝੂਠੀ ਗੱਲ ਨਹੀਂ ਹੈਗੀ। ਇਹ ਮੇਰੀ ਕਈ ਬੰਦਿਆਂ ਨਾਲ ਗੱਲ ਹੋਈ ਹੈ ਇਸ ਮਾਮਲੇ ਦੇ ਵਿੱਚ, ਜਿਹੜੇ ਯੂਪੀ ਜਾਂ ਬਿਹਾਰ ਤੋਂ ਨੇ, ਜਾਂ ਆਮ ਆਪਾਂ ਗੱਲ ਕਰਦੇ ਹਾਂ ਤਾਂ ਉਹ ਸਿੱਧਾ ਦੱਸਦੇ ਨੇ, ਕਹਿੰਦੇ ਕਿ ਯੂਪੀ ਬਿਹਾਰ ਦੇ ਵਿੱਚ ਆਮ ਅਸਲਾ, ਕੋਈ ਜਿਹੜਾ ਨਾਜਾਇਜ਼ ਅਸਲਾ ਹੈਗਾ ਉਹ ਉੱਥੇ ਸਰਕਾਰ ਕਿਉਂ ਨਹੀਂ ਇਹ ਨਕੇਲ ਕੱਸਦੀ ਹੈਗੀ ਹੈ? ਜਾਂ ਪੰਜਾਬ ਦੇ ਵਿੱਚ ਜਿਹੜਾ ਅਸਲਾ ਆਉਂਦਾ ਜਾਂ ਗੈਂਗਸਟਰ ਜਿਹੜਾ ਅਸਲਾ ਇਸਤੇਮਾਲ ਕਰਦੇ ਨੇ, ਹੁਣ ਉਹ ਪਤਾ ਹੀ ਹੈ ਕਿ ਉਹ ਅਸਲਾ ਜਿਹੜਾ ਉਹ ਨਜਾਇਜ਼ ਜਿਹੜਾ ਉਹ ਬਣਦਾ ਹੈਗਾ, ਗੈਰ ਕਾਨੂੰਨੀ ਅਸਲਾ ਤਿਆਰ ਹੁੰਦਾ। ਤਾਂ ਇਹ ਸਵਾਲ ਜ਼ਰੂਰ ਨੇ ਜਿਹੜੇ ਸਾਡੇ ਦਰਸ਼ਕ ਉਹਨਾਂ ਨੇ ਕੀਤਾ ਜਿਹੜਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ
हाँ जी ऑनर हो तुसी, स्वागत है तुहाडा। हेलो सत श्री अकाल जी। सत श्री अकाल जी, स्वागत है जी तुहाडा। मैं हरभजन सिंह बोलना कैनेडा तो। जी 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 जनाब कैप्टन साहब बादल साहब ते राम रहीम ते समेत सैनी ए भारत सरकार दे को नूर हीरे ने, इन्हां नूं भारत सरकार ने तत्तीवा नहीं लगन देनी। बिल्कुल हां जी, ते ओ जिहड़ी नहर दा तुसीं गल करदे हो, भी नहर जिहड़ी है SYL ओ, हां जी SYL ओहदे वल्लों थोड़े दिन होए ने जी खबर पड़ी सी भई ओ जिहड़ा जाणा सी ना SYL नहर दा पाणी हरियाणे नूं, ओ कैप्टन साहब ते बादल साहब ने जिहड़ियां हरियाणे नूं नहरां जांदियां ने ना उहनां दे कंढे उच्चे करके ते ओ पाणी ओहदे च पा दित्ता आ, ते इह जिहड़ा आंदे ने नहर असीं निकलण नहीं दित्ती, इह ड्रामा करके सानूं बेवकूफ बनाउण डए ने। ते इह असल च जिन्ने भी सिख ते मुसलमान वजीर ने ना जी इंडिया च, इह सारे भारत सरकार दे शो बॉयज ने, इन्हां दी कोई पुछ गिछ नहीं हैगी। ते इह जिहड़ा पंजाब है इह ते जी सच्चाई साडे सामने है, बड़ी छेती हिंदी बोलण वाला हिंदू सूबा बन गया है, ते हिस्टरी च तुसीं सुणिया करोगे भी इत्थे सिख कदी रहिंदे सन, इत्थे सिखां दा कोई फ्यूचर नहीं, किसे दा भी कोई फ्यूचर नहीं। मैनूं लगता है जिहड़ी कॉल है वह ड्रॉप हो गई है, तो दोबारा तो भी तुसी सानूं कॉल कर सकदे हो। कॉलर एक बार फिर तो साडे नाल जुड़ गए ने, उन्होंने आपां गलबात करांगे। सत श्री अकाल जी, स्वागत है जी तुहाडा। हैलो हैलो सत श्री अकाल जी। सत श्री अकाल जी। सत श्री अकाल। हां जी, इन्ना तो बहुत अच्छा तुसी दस्स दिंदे हो वैसे तां सब कुछ ठीक साहब ने, बाकी ये जिहड़े लीडर ने जी, ये अपने कदे किते तुरे फिरदे कदे किते तुरे फिरदे, इन्हां दे कोई बैन नहीं लगदा जी? खैर भारत उस तरीके का नहीं है, बट हाँ डेफिनेटली जी गल कर रहे हो, मेरे ख्याल जिवें हुण भगवंत मान बार बार गुजरात और हिमाचल दौरे ते रहिंदे ने और पंजाब दे विच घट दिसदे ने, तां जाहिर है कि ये चीज़ तो हैगी है जो लगातार सवाल चक्के जा रहे ने इस चीज़ के उपर। बहुत बहुत धन्यवाद जी, तुसी साडे नाल जुड़े ते गलबात उत्थे ही आ जांदे, जिवें कि इन्हां ने गुजरात दौरे की गल की, हिमाचल दौरे की गल की, तो सारी समझ ही कहने कि भगवंत मान की गल हो रही है, तो वाकई सवाल चकने पड़ते हैं कि पंजाब के हालात बद तो बदतर होंदे जा रहे ने, गैंगस्टर जेलों के विचों भज रहे ने, नशे की तादाद इन्नी ज़्यादा वध गई है, लोग शरेआम वीडियो के मरते नज़र आ रहे ने, नौजवानी किहड़े राह पै गई है, पर फिर भी एक सूबे का जिहड़ा मुख्यमंत्री है ना, वह बाकी सूबे जाके रैलियां कढ़ रहा है, बाकी सूबे जाके दस रहा है कि होना चाहिए जी, किवें होना चाहिए, तो खुशहाल कि बनावे, वह बई भलिया मानसा तू अपने पहला अपने घर की तो गल वेख ला कि तेरे घर के हाल है, किमें की हालात पंजाब के हो गए ने, जेडे लोगों तो बहुत सारिया आसा से पहला उत्थे तो थोड़ा बहुत ठीक कर लो, बाद बाकी उन्होंने जाके दस दौ भी असं पंजाब के कुछ किया जी। बिल्कुल बिल्कुल नवदीप, साढ़े कॉलर ने जिक्र किया कि जो लगातार दौरे होंगे रेंदे ने, और हुण तां खास तौर पर जदों तो भगवंत मान कुर्सी पर बैठे ने मुख्यमंत्री दी, तो बाद जिहड़ा पंजाब हरिया अपना सॉरी हिमाचल और गुजरात दीयां चोणां दा जिक्र हो रहा है, भविख दे विच चोणां हैगियां ने, तां हुण लगातार दौरे ने आ, हुण मेरे ख्याल शायद हुण भी जिहड़ा एक दौरा उन्हां दा गुजरात दा हैगा केजरीवाल दे नाल,
तो भावनगर आई थिंक गुजरात का वो इलाका जिथे उन्होंने रैली वगैरह करनी हैगी है। तो एक ये तो साफ चीज़ होंगी है भी छे महीने की कारगुजारी, छे महीने बीत चुके ने पंजाब च सरकार बनी आम आदमी पार्टी की, तो छे महीने के जो भी कारगुजारी की है उन्होंने उन्होंने कितना कितने एनकैश करन की कोशिश गुजरात तो हिमाचल के हैगी है कि देखो जी असी क्योंकि आप देखते हैं कि उत्थे जाके भी ये चीज़ होंगी है। हले इस तो पहला मेरे ख्याल एक दौरा सीगा उहदे विच इह कहा गया कि पंजाब चो असी करप्शन खत्म करती, तो होर भी कई चीज़ा ने जिहड़ा जिक्र हो रहा दूजे सूबियां दे विच कि पंजाब दे विच असी इह चीज़ करती, पंजाब दे विच उह चीज़ करती, तो छे महीने की सरकार का जिहड़ा कार्यकाल है आपां नहीं कहिंदे कि उस च कोई काम होया जां नहीं होया, वो खैर लोग डिसाइड करनगे उस चीज़ नूं जिस वेले वोटिंग होएगी उस वेले लोग डिसाइड करनगे कि काम कीता जां नहीं कीता, पर मौजूदा स्थिति यह दस रही है पोलीटिकल स्थिति कि पंजाब दे मुख्यमंत्री दा गुजरात या हिमाचल जाना वो कितने ना कितने यही दर्शाउंदा है भी एनकैश करन दी कोशिश है कि असी सूबा पंजाब दे विच सरकार बना ली है, सानू एक मौका गुजरात दे विच दिओ, एक मौका सानू हिमाचल दे विच दिओ। यही गल इन्होंने पंजाब दे विच प्रचारी सी कि देखो जी दिल्ली साडी सरकार है, दिल्ली च असी बहुत बेहतर करता, तो हुण यही चीज़ जिहड़ी आ उह गुजरात च भी प्रचारी जा रही है तो हिमाचल च भी प्रचारी जा रही है कि देखो जी पंजाब साडी सरकार बनी है, छे महीने च असी बहुत कुछ बेहतर जिहड़ा कर दिता है। जी बिल्कुल, तो कॉलर भी लगातार साडे नाल बन रहे ने, उन्हां दे नाल भी गलबात करते जावांगी। सत श्रीकाल जी, स्वागत है जी तुहाडा। हाँ जी, जी गल कर रहे हैं अपने पैरोल राम रहीम जी नूं, उस संबंध मैं एक बेनती करना चाहना है कि कॉलेज पढ़ दिया ना जो पोलिटिकल साइंस पढ़ते सीगे उत्थे एक चैप्टर सीगा संविधान बारे कंपैरेटिव स्टडी का, उहदे विच दस्सिया गया सी कि भारतीय संविधान लचकीला ते कठोर है दो तरह का है। वो हुण गल समझ आ रही है जिहड़ा इह साडा संविधान है ना ये लीडरां नेतावां लई तां बड़ा लचकीला है ते आम लोकां लई कठोर है। आम लोकां नूं सजा इत्थे कोई देश पुछदा नहीं गा, चाहे उन्होंने कुछ भी किया हो सजा चल अंदर चल अंदर, जिहड़े नेता लोग ने जां इदां दे हैगे डेरियां वाले बाबे ने इन्हां नूं कोई सजा नहीं कुछ नहीं कोई पुछदा नहीं है। हुण आ देखो उत्थे अपनी होई हैगी आ लखीमपुर खेड़ी वाली सजा जिहड़ी घटना हुई है उहदे विच कुछ नहीं होया हैगा, इस तो पहला नकोदर वाली हुई उहदा कुछ नहीं होया, बठिंडे वाला बंब धमाका होया उत्थे कुछ नहीं होया, ते गुरदासपुर वाली मुंडा मरिया उत्थे कुछ नहीं होया, क्योंकि इत्थे नेता लोग सीगे इनवॉल्व किसी नूं कोई नहीं पुछ रहा। मोरओवर जे किते लोकां ने कानूनी लड़ाई लड़ के कुछ पुलिस वालियां नूं झूठे मुकाबलियां करन सजा दवाई ਉਹ ਬਾਦਲ ਸਾਹਿਬ ਹੋਣਾ ਨੇ ਜਾਂ ਦੂਜਿਆਂ ਨੇ ਹੋਰ ਆ ਕੇ ਉਹਨਾਂ ਦੀਆਂ ਸਜਾਵਾਂ ਮਾਫ ਕਰਕੇ ਬਾਹਰ ਕੱਢ ਦਿੱਤੇ ਨੇ, ਜਿਹੜੇ ਸਿੰਘ ਬੈਠੇ ਨੇ ਅੰਦਰ ਜਾਂ ਹੋਰ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਉਹ ਪੁੱਛਦਾ ਕੋਈ ਨਹੀਂ, ਉਹਨਾਂ ਨੂੰ ਉੱਥੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਵੀ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਬਾਹਰ ਕੱਢੀਏ। ਸੋ ਕਾਨੂੰਨ ਜਿਹੜਾ ਹੈਗਾ ਇਹ ਦੋ ਤਰ੍ਹਾਂ ਨਾਲ ਹੀ ਚੱਲ ਰਿਹਾ ਜੀ, ਆਮ ਲੋਕਾਂ ਲਈ ਵੱਖਰਾ ਤੇ ਦੂਜਿਆਂ ਲਈ ਵੱਖਰਾ। ਜਿੱਥੋਂ ਤੱਕ ਪਾਣੀ ਵਾਲੀ ਨਹਿਰ ਦੇ ਵਾਲੀ ਗੱਲ ਹੈ, ਪਾਣੀ ਜਿਹੜਾ ਹੈਗਾ ਇਹ ਤਾਂ ਉਹ ਆਪਣੇ ਇੱਕ ਹੋਰ ਪੱਤਰਕਾਰ ਸਾਹਿਬ ਨੇ ਇੱਥੇ ਦੱਸਿਆ ਸੀਗਾ ਕਿ ਇਹ ਜਿਹੜੀ ਭਾਖੜਾ ਨਹਿਰ ਆਲਰੇਡੀ ਜਾ ਰਹੀ ਹੈ ਹਰਿਆਣੇ ਨੂੰ, ਉਹਦੇ ਕੰਢੇ ਤਿੰਨ ਤਿੰਨ ਫੁੱਟ ਉੱਚੇ ਕਰਕੇ ਪਾਣੀ ਉੱਥੇ ਤਿੰਨ ਫੁੱਟ ਹੋਰ ਵਧਾ ਕੇ ਜਿਹੜੀ ਆਪਣੀ ਐਸ ਵਾਈ ਐਲ ਹੈਗੀ ਆ ਹਰਿਆਣਾ ਦੇ ਏਰੀਏ 'ਚ ਉਹ ਆਲਰੇਡੀ ਚੱਲ ਰਹੀ ਹੈ, ਇਹਦੇ ਵਿੱਚੋਂ ਪਾਣੀ ਉੱਧਰ ਪਾ ਕੇ ਚਲਾਈ ਜਾ ਰਹੀ ਹੈ। ਪਾਣੀ ਤਾਂ ਵਧਾ ਦਿੱਤਾ ਪਹਿਲਾਂ ਹੀ ਉਹਦਾ, ਉੱਥੇ ਬਾਦਲ ਯਾਰੀ ਪਵਾ ਗਏ ਚੁਟਾਲਿਆਂ ਨਾਲ। ਥੈਂਕ ਯੂ ਜੀ, ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂਜੀ ਨਵਦੀਪ ਜੀ, ਸਤਿ ਸ੍ਰੀ ਅਕਾਲ। ਤੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਵੀ ਦੋ ਤਰਫੀ ਜੀ ਗੱਲ ਕਰਕੇ ਜੀ, ਜਿਹੜੀ ਉਹਦੇ ਮੀਟਿੰਗ ਹੋਈ ਸੀ ਸੈਕਟਰ ਨਾਲ, ਇੱਕ ਤਾਂ ਸਾਰਦਾ ਨਦੀ ਚ ਉਹਨਾਂ ਨੇ ਕੋਈ ਗੱਲ ਨੀ ਕੀਤੀ, ਉਧਰੋਂ ਵੀ ਕੋਈ ਮਸਲਾ, ਦੂਸਰੀ ਗੱਲ ਮਲਮੀ ਜੀ ਜੀਵ ਨਾਲ ਕਹਿ ਕੇ ਵੀ ਆਪਾਂ ਪ੍ਰਧਾਨ ਮੰਤਰੀ ਕੋਲੇ ਚੱਲੀਏ ਇਹ ਨਹਿਰ ਦੇ ਮਸਲੇ ਨੂੰ ਹੱਲ ਲੈ ਕੇ। ਪ੍ਰਧਾਨ ਮੰਤਰੀ ਤਾਂ ਇਹਨਾਂ ਦਾ ਸੱਜਣਾ ਸ਼ਰੀਕ ਆ ਜੀ, ਨਾਲੇ ਇਹਨਾਂ ਦਾ ਸ਼ਰੀਕ ਆ, ਨਾਲੇ ਪੰਜਾਬ ਦੀ ਕਿਉਂ ਕਰਾਊਗਾ ਜੀ ਉਹ। ਤੇ ਭਗਵੰਤ ਮਾਨ ਤੋਕਲੀ ਜੀ ਗੱਲ ਕਰਕੇ ਜੀ ਵੀ ਅੱਧੀ ਤੇਰੀਆਂ ਮਿਲਾ ਜੀ ਸਾਰਾ ਅੱਧੀ ਐਵੇਂ ਗਰੀਬ ਜੱਟ ਦੀ ਉਹ ਕਰਕੇ ਜੀ, ਇਹ ਤਾਂ ਫਿਰ ਮੇਰੇ ਹਿਸਾਬ ਨਾਲ ਤਾਂ 2023 ਚ ਕੋਰਟ ਫੈਸਲਾ ਪੰਜਾਬ ਦੇ ਉਲਟ ਕਰੂਗੀ ਕਰੂਗੀ, ਨਹਿਰ ਨਿਕਲਣੀ ਤੈਅ ਆ, ਨਹੀਂ ਤਾਂ ਇਹਦੇ ਵਿੱਚ ਜੇ ਨਹਿਰ ਨਿਕਲੂਗੀ ਤਾਂ ਲੋਕ ਦੀਆਂ ਖੂਨ ਦੀਆਂ ਨਦੀਆਂ ਵਗਣਗੀਆਂ, ਨਹੀਂ ਨਿਕਲਣ ਦੇਣਗੇ, ਪਰ ਸਾਰਾ ਕਾਰਜੋ ਬਾਜ਼ਾਰ ਉਹਨਾਂ ਦੇ ਹੱਕ ਚ ਆ ਰਿਹਾ ਨੇ ਵਿੱਚ, ਇਹ ਵੀ ਉਹਨਾਂ ਦੇ ਜਿਵੇਂ ਦਿੱਲੀ ਵਾਲਾ ਰਿਮੋਟ ਚ
ਚਲਾਉਂਦਾ ਗਾ ਉਵੇਂ ਹੀ ਇਹ ਚੱਲਦੇ ਨੇਗੇ ਤੇ ਕਰਨ ਤੇ ਕਹਿਣ ਨੂੰ ਗੱਲਾਂ ਕੁਛ ਹੋਰ ਹੁੰਦੀਆਂ ਨੇ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਪੜਾਂ ਕੀ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂ ਬੀਬਾਈ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਜਾਣਿਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਦੇਖੋ ਜਦੋਂ ਦੀ ਹਿਸਟਰੀ ਬਣੀ ਹੋਈ ਆ ਜਿਹੜੀਆਂ ਘੱਟ ਗਿਣਤੀਆਂ ਦਾ ਧੱਕਾ ਹੁੰਦਾ ਹੀ ਆਇਆ, ਤੇ ਸਿਰਫ ਹਿੰਦੁਸਤਾਨ ਜਿੱਥੇ ਮਰਜ਼ੀ ਦੇਖ ਲਓ, ਇਹਦਾ ਇੱਕੋ ਇੱਕ ਤਰੀਕਾ ਕਿ ਜਿਹੜੇ ਘੱਟ ਗਿਣਤੀ ਲੋਕ ਨੇ ਇਕੱਠੇ ਹੋਣ, ਆਪਦੇ ਵਿੱਚ ਇੱਕ ਇੰਟੈਲੀਜੈਂਟ ਲੋਕ ਪੈਦਾ ਕਰਨ। ਇਹ ਨਹੀਂ ਕਿ ਜੀ ਬੱਚੇ ਵੱਧ ਪੈਦਾ ਕਰ ਲਓ, ਹਥਿਆਰ ਚੁੱਕ ਲਓ, ਏਦਾਂ ਨਹੀਂ ਹੈ। ਦਿਮਾਗੀ ਤੌਰ ਤੇ ਵੱਡੇ ਹੋਣ। ਅੱਜ ਯਹੂਦੀਆਂ ਦੇ ਨਾਲ ਅਮੈਰੀਕਾ ਕਿਉਂ ਖੜਾ? ਕਿਉਂਕਿ ਯਹੂਦੀਆਂ ਨੇ ਇੰਨਾ ਪੈਸਾ ਬਣਾ ਲਿਆ ਹੈਗਾ ਕਿ ਅੱਜ ਉਹ ਪੈਸਾ ਆਪਣਾ ਖਿੱਚ ਲੈਣ ਨਾ ਅਮੈਰੀਕਾ ਚੋਂ, ਤੇ ਅਮੈਰੀਕਾ ਦੀ ਇਕੋਨਮੀ ਥੱਲੇ ਡੈਗੂ ਗਰਾਊਂਡ ਤੇ, ਇੰਨਾ ਉਹਨਾਂ ਨੇ ਪੈਸਾ ਲਾਇਆ। ਅਸੀਂ ਇਸ ਪਾਸੇ ਤਾਂ ਹੈ ਨੀ, ਅਸੀਂ ਤਾਂ ਇੱਕ ਦੂਜੇ ਦੀ ਲੱਤ ਖਿੱਚਣ ਜਾਣਦੇ ਹਾਂ। ਸਾਡੇ ਕਿੰਨੇ ਕੁ IAS ਅਫਸਰ ਨੇ, ਕਿੰਨੇ ਕੁ ਜੱਜ ਨੇ, ਕਿੰਨੇ ਉਹ ਹੈਗੇ ਨੇ। ਯਹੂਦੀਆਂ ਨੇ ਸਾਡੇ ਨਾਲ ਘੱਟ ਗਿਣਤੀ ਹੋਣ ਦੇ ਬਾਵਜੂਦ ਸਿੱਖਾਂ ਤੋਂ 200 ਤੋਂ ਉੱਤੇ ਤਕਰੀਬਨ ਨੋਬਲ ਪ੍ਰਾਈਜ਼ ਲਏ ਆ, ਸਿੱਖਾਂ ਨੇ ਇੱਕ ਨਹੀਂ ਅੱਜ ਤੱਕ ਲਿਆ। ਇਹ ਦਿਮਾਗੀ ਲੜਾਈ ਆ ਅੱਜ ਕੱਲ, ਇਹ ਨਾ ਤਾਂ ਹਥਿਆਰਾਂ ਦੀ ਲੜਾਈ ਆ, ਨਾ ਹਾ ਹਾ ਕਰਕੇ ਨਾਰੇ ਮਾਰ ਕੇ ਲੜਾਈ ਲੜਨ ਵਾਲੀ ਨਹੀਂ ਹੈ। ਜਿੰਨੀਆਂ ਵੀ ਘੱਟ ਗਿਣਤੀਆਂ ਨੂੰ ਇਕੱਠੇ ਹੋਣਾ ਪਊਗਾ, ਇਕੱਠੇ ਹੋ ਕੇ ਇਹਨਾਂ ਨੂੰ ਆਰਥਿਕ ਤੌਰ ਤੇ ਤੇ ਦਿਮਾਗੀ ਤੌਰ ਤੇ ਉੱਪਰ ਉੱਠ ਕੇ ਉੱਥੇ ਪਹੁੰਚਣਾ ਹੋਊਗਾ ਜਿੱਥੇ ਡਿਸੀਜਨ ਲਏ ਜਾਂਦੇ ਨੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਸੋ ਬਹੁਤ ਸਾਰੇ ਕਾਲਰਸ ਨੇ ਜਿਹੜੇ ਬਲਦੀਪ ਜੀ ਆਪਣੇ ਨਾਲ ਜੁੜੇ ਨੇ, ਇਹਨਾਂ ਸਾਰੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਨਵਦੀਪ, ਦੋ ਕਾਲਰ ਤਾਂ ਮੇਰੇ ਖਿਆਲ SYL ਦਾ ਜ਼ਿਕਰ ਕਰ ਰਹੇ ਸੀਗੇ ਕਿ SYL ਨਹਿਰ ਦੇ ਬਾਰੇ, ਕਿਉਂਕਿ ਆਪਣਾ ਅੱਜ ਦਾ ਉਹ ਮਸਲਾ ਵੀ ਸੀਗਾ ਆਪਾਂ ਡਿਸਕਸ ਕਰਨਾ ਸੀਗਾ। ਤੋ SYL ਦੀ ਗੱਲ ਸ਼ੁਰੂ ਕਰੀਏ ਤਾਂ SYL ਦਾ ਮਸਲਾ ਕਾਫੀ ਪੁਰਾਣਾ ਹੈ, ਔਰ ਹੁਣ ਜਿਹੜਾ 14 ਅਕਤੂਬਰ ਨੂੰ ਜਿਹੜਾ ਉਹ ਇੱਕ ਦਿਨ ਪਹਿਲਾਂ ਜਿਹੜਾ ਉਹ ਮੀਟਿੰਗ ਹੋਈ ਹੈ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਚਾਲੇ ਇਸ ਨੂੰ ਲੈ ਕੇ। ਮੀਟਿੰਗ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਕਿਹਾ ਗਿਆ ਸੀਗਾ ਕਿ ਪੰਜਾਬ ਦਾ ਪੱਖ ਜਿਹੜਾ ਚੰਗੀ ਤਰੀਕੇ ਨਾਲ ਭਗਵੰਤ ਮਾਨ ਰੱਖਣ ਜਾਂ ਆਪਦਾ ਪੂਰੀ ਤਿਆਰੀ ਕਰਕੇ ਜਾਣ, ਅਤੇ ਭਗਵੰਤ ਮਾਨ ਦੀ ਮੀਟਿੰਗ ਹੋਈ ਹੈ, ਨਾਲ ਅਫਸਰ ਵੀ ਮੌਜੂਦ ਰਹੇ ਨੇ ਦੋਨਾਂ ਸੂਬਿਆਂ ਦੇ। ਹਰਿਆਣਾ ਨਿਵਾਸ ਦੇ ਵਿੱਚ ਮੀਟਿੰਗ ਹੋਈ, ਔਰ ਉੱਥੇ ਨਵਦੀਪ ਭਗਵੰਤ ਮਾਨ ਉਹਨਾਂ ਨੇ ਬਾਅਦ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਇਹ ਗੱਲ ਕਹੀ ਕਿ ਸਾਡੇ ਕੋਲ ਦੇਣ ਲਈ ਪਾਣੀ ਨਹੀਂ ਹੈਗਾ, ਪਾਣੀ ਪੰਜਾਬ ਦੇ ਕੋਲ ਬਿਲਕੁਲ ਵੀ ਨਹੀਂ ਹੈਗਾ। ਹਰਿਆਣਾ ਨੂੰ ਪਾਣੀ ਜਿਹੜਾ ਉਹ ਗੰਗਾ ਤੋਂ ਯਮੁਨਾ ਤੋਂ ਜਿਹੜਾ ਉਹ ਲੈਣਾ ਚਾਹੀਦਾ। ਨਾਲ ਦੀ ਨਾਲ ਇਹ ਵੀ ਕਹਿਤਾ ਕਿ ਹਰਿਆਣਾ ਜਿਹੜਾ ਆਪਾਂ ਜਿਹੜਾ ਦੋਨੇ ਸੂਬੇ ਹਾਂ ਉਹ ਮੁੱਖ ਮੰਤਰੀ ਕੋਲ ਪ੍ਰਧਾਨ ਮੰਤਰੀ ਕੋਲ ਚੱਲਦੇ ਹਾਂ, ਔਰ ਪ੍ਰਧਾਨ ਮੰਤਰੀ ਕੋਲ ਜਾ ਕੇ ਕਹਿੰਦੇ ਹਾਂ ਕਿ ਪਾਣੀ ਜਿਹੜਾ ਉਹ ਦਿੱਤਾ ਜਾਵੇ। ਨਵਦੀਪ, ਹਰਿਆਣਾ ਇਹ ਗੱਲ ਕਹੇ ਕਿ ਅਸੀਂ ਪ੍ਰਧਾਨ ਮੰਤਰੀ ਕੋਲ ਜਾਵਾਂਗੇ ਜਾਂ ਅਸੀਂ ਕੋਰਟ ਕੋਲ ਜਾਵਾਂਗੇ, ਚਲੋ ਇਹ ਤਾਂ ਗੱਲ ਸਮਝ ਲੱਗਦੀ ਆ, ਪੰਜਾਬ ਵਾਲੇ ਇਹ ਗੱਲ ਕਿਉਂ ਕਹੀ ਜਾਂਦੇ ਨੇ ਵੀ ਅਸੀਂ ਪ੍ਰਧਾਨ ਮੰਤਰੀ, ਤੁਸੀਂ ਇਹ ਸਟੇਟਮੈਂਟ ਠੀਕ ਹੈ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ। ਆਪਾਂ ਇਸ ਮਸਲੇ ਨੂੰ ਜੇ ਆਪਾਂ ਸੌਖੇ ਤਰੀਕੇ ਨਾਲ ਸਮਝਣਾ ਹੋਵੇ, ਨਵਦੀਪ, ਜਿਸ ਵੇਲੇ 1976 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੁੰਦਾ ਤਾਂ ਉਸ ਵੇਲੇ ਆਪਾਂ ਇੱਕ ਉਦਾਹਰਣ ਦੇ ਤੌਰ 'ਤੇ ਮੰਨ ਲੈਂਦੇ ਹਾਂ, ਪੰਜਾਬ ਕੋਲ 18 ਲੀਟਰ ਪਾਣੀ ਸੀ ਜੀ, ਸਾਰੇ ਪੰਜਾਬ ਦੇ ਕੋਲ 18 ਲੀਟਰ ਪਾਣੀ ਸੀ। ਉਹ ਕਹਿੰਦੇ ਵੀ 18 ਲੀਟਰ ਦੇ ਵਿੱਚੋਂ, ਕਿਉਂਕਿ ਹਰਿਆਣਾ ਸਾਡੇ ਤੋਂ ਵੱਖ ਹੋਇਆ, ਕਹਿੰਦੇ ਵੀ ਸਾਡਾ ਹਿੱਸਾ ਵੀ ਬਣਦਾ ਇਹਦੇ 'ਚ, ਤਾਂ ਕਹਿੰਦੇ ਵੀ 18 ਲੀਟਰ 'ਚੋਂ 9 ਲੀਟਰ ਸਾਨੂੰ ਦੇ ਦਿਉ। ਅੱਜ ਦੀ ਜੋ ਸਿਚੁਏਸ਼ਨ ਹੈ, ਇਹ ਗੱਲ ਭਗਵੰਤ ਮਾਨ ਉਹਨਾਂ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਉਦੋਂ ਕੋਟ ਕੀਤੀ ਹੈ, ਅੱਜ ਦੀ ਜੋ ਸਿਚੁਏਸ਼ਨ ਹੈ ਸਾਡੇ ਕੋਲ 18 ਲੀਟਰ ਪਾਣੀ ਨਹੀਂ ਹੈ ਪੰਜਾਬ ਦੇ ਦਰਿਆਵਾਂ ਦੇ ਵਿੱਚ, ਸਾਡੇ ਕੋਲ 12 ਲੀਟਰ ਪਾਣੀ ਹੈ। 12 ਲੀਟਰ ਦੇ ਵਿੱਚ ਹੁਣ ਕਹਿੰਦੇ ਨੇ ਕਿ ਸਾਨੂੰ ਪਿਛਲੀ ਜਿਹੜੀ ਕੰਡੀਸ਼ਨ ਸੀਗੀ ਜਿਹੜੀ 18 ਲੀਟਰ ਵਾਲੀ, ਉਸ ਦੇ ਮੁਤਾਬਕ ਸਾਨੂੰ 9 ਲੀਟਰ ਹੀ ਪਾਣੀ ਦਿਉ, ਤਾਂ ਉਸ ਹਾਲਾਤ ਦੇ ਵਿੱਚ ਪੰਜਾਬ ਕੋਲ ਕਿੰਨਾ ਬਚਦਾ? 3 ਲੀਟਰ ਪਾਣੀ। ਇਹ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ, ਜਦੋਂ ਕਿ ਕੋਈ ਵੀ ਇੱਦਾਂ ਦੇ ਅਗਰ ਜਿਹੜੇ ਸਮਝੌਤੇ ਹੁੰਦੇ ਨੇ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਕੁਛ ਸਾਲਾਂ ਬਾਅਦ ਉਸਨੂੰ ਰਿਵਿਊ ਕਰਨਾ ਚਾਹੀਦਾ ਕਿ ਦਰਿਆਵਾਂ ਦੇ ਵਿੱਚ ਪਾਣੀ ਦਾ ਵਹਿਣ ਜਿਹੜਾ ਉਹ ਕਿੰਨਾ ਹੈਗਾ। ਤਾਂ ਉਹ ਜਿਹੜਾ ਉਸ ਨੂੰ ਦੁਬਾਰਾ ਰਿਵਿਊ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਪੁਰਾਣੀ ਗੱਲ ਦੇ ਉੱਪਰ ਹੀ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ ਕਿ ਦੇਖੋ ਜੀ ਪਹਿਲਾਂ ਇੰਨਾ ਸੀਗਾ ਅਤੇ ਸਾਨੂੰ ਇੰਨਾ ਦਿਓ। ਦੂਜੀ ਗੱਲ, ਮੈਂ ਤਾਂ ਇਹ ਤਾਂ ਚਲੋ ਹੋ ਗਿਆ ਨਾ ਵੀ ਹਰਿਆਣਾ ਕਹਿੰਦਾ ਵੀ ਅਸੀਂ ਤੁਹਾਡਾ ਪਾਰਟ ਸੀਗੇ, ਅਸੀਂ ਤੁਹਾਡੇ ਤੋਂ ਵੱਖ ਹੋ ਗਏ, ਮੈਂ ਇਸ ਦਲੀਲ ਨੂੰ ਵੀ ਕੱਟ ਦਿੰਦਾ। ਹਰਿਆਣਾ ਜਿਸ ਵੇਲੇ 1947 ਦੇ ਵਿੱਚ ਮੁਲਕ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ, ਅੰਗਰੇਜ਼ ਜਿਹੜੇ ਨੇ ਦੋ ਹਿੱਸੇ ਕਰਦੇ ਨੇ ਇਸ ਮੁਲਕ ਦੇ, ਉਸ ਵੇਲੇ ਭਾਰਤ ਦੇ ਲੀਡਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਆਜ਼ਾਦ ਹੋਣ ਤੋਂ ਬਾਅਦ ਭਾਸ਼ਾ ਦੇ ਆਧਾਰ 'ਤੇ ਸੂਬੇ ਨੇ ਜਿਹੜੇ ਉਹ ਕਾਇਮ ਕੀਤੇ ਜਾਣਗੇ।
सूबे कायम हुए पर पंजाब नहीं होया। पंजाब ने जद्दोजहद करके चलो 1966 दे विच पंजाबी सूबा बनता है। अगर भारत सरकार उस वेले बिना कोई रोक टोक दे बिना जद्दोजहद दे 1947 तो बाद पंजाबी सूबा बना दिंदी फिर हरियाणा का तर्क उन्ना ही जायज़ होंदा। ये सोचने वाली गल है। अज तो हरियाणा ये क्लेम करता ना कि असी तो पंजाब तो वक् नहीं होना चाहते, पंजाब ने पंजाब साडे तो धक्के वक् होया इस करके सानू साडा हिस्सा तो दो। पर जे उस वेले जो 1947 किया गया सी जे उस दे आधार ते सूबे कायम होंदे पंजाब भी उस आधार ते कायम होंदा तां की अज हरियाणा पानी मंग सकदा सी? ये सवाल है अपने आप दे विच जिन्हों कोई भी एड्रैस नहीं करना चाहता है। तो इदां दे कई सवाल ने नवदीप इस एस वाई एल दे मामले दे विच। एक जिहड़ी कॉलर गल कर रहे सी कि कंडे उच्चे करके जिहड़ी है वह ऑलरेडी पानी दिता जा रहा। आपां पहलां भी शो दे विच इह गल कही सीगी कि बिल्कुल ये चीज़ बिल्कुल दुरुस्त हैगी आ। भाखड़ा नहर के कंडे उच्चे करके जिहड़ा वह एस वाई एल दे विच जिन्ना पानी जाना सी उहदा तकरीबन अद्धा पानी है जिहड़ा वह हरियाणे नूं ऑलरेडी दिता जा रहा। भाखड़ा एस वाई एल दे विच 35 लाख एकड़ फुट पानी जाना सी, 35 मिलियन एकड़ फुट, 35 लाख एकड़ फुट पानी जाना सी। उहदे विचों 18 लाख एकड़ फुट पानी है जिहड़ा ऑलरेडी वह भाखड़ा के कंडे उच्चे करके दिता जा रहा। लड़ाई हुण जिहड़ी जिहड़ा रौला पै रहा ना नवदीप वह सिर्फ 17 लाख एकड़ फुट पानी का पै रहा है कि सानू 17 लाख एकड़ फुट पानी भी जिहड़ा वह दिता जाए। पंजाब यह कहिंदा कि साडे कोल तां पहिलां नालों भी घट पानी है, साडा असीं पानी कित्थों देईए। जी जी बिल्कुल। तो इस दे नाल ही जे आपां गल करिए कि अगली खबर WHO वालों कफ सिरप ने जिहड़े 4 उहनां नूं बैन कर दिता गया जिस दे नाल 6 बच्चों की मौत हुई है, उसके बारे भी जरूर जानकारी दो। बिल्कुल नवदीप, वो खबर इदा है भी हरियाणे के सोनीपत के कोल शायद एक फार्मास्यूटिकल कंपनी है, मेड इन फार्मास्यूटिकल कंपनी है भारत के हरियाणा सूबा जिहड़ा है, तो उसके वालों जिहड़े आ कफ सिरप बनाए जाते हैं। और वैसट अफरीका का एक मुल्क है गांबीआ, पछमी अफरीका का मुल्क गांबीआ, उत्थे ये सप्लाई होए जिहड़े हरियाणे दे विच, जिहड़े हरियाणे दे विच कंपनी दे विच बने, तां उह खंघ दे सिरप कफ सिरप ने खंघ दी दवाई है जिहड़ी उहदे नाल 66 बच्चों की मौत हो गई उत्थे। तां उस तों बाद WHO ने उस वेले ही अलर्ट जारी किया इस गल का, जदों उन्हां नूं लग्गिया कि खंघ दी दवाई नाल जिहड़ी भारत तों आई है दवाई उसदे नाल 66 बच्चों की मौत हुई है, तां उस उन्हां ने WHO ने वर्ल्ड हैल्थ ऑर्गनाइजेशन ने अलर्ट जारी किया। अलर्ट जारी करके जिहड़ी आ जांच दी जिहड़ी आ गल कही हैगी आ, और हुण भारतीय एजेंसियां वालों भी जिहड़ी आ उह जांच कीती जा रही हैगी आ, ते प्रोडक्शन है जिहड़ी उहदी रोक दित्ती गई है। बेसिकली इहदे विच आपां गल करिए तां 2 तत् ने जिहड़े उह मात्रा तों किते ही ज़्यादा पाए गए ने। वैसे तां मेरी सेहत माहरां नाल इहदे उपर पिछले दिन गल होई सीगी, तां उहनां ने कहा सी कि जिहड़े 2 तत् ने जो 2 सबस्टांस ने कैमिकल ने ये बिल्कुल ही ईटिंग परपस लई तां नहीं हैगे, मतलब इनटेक नहीं कर सकती बॉडी उस चीज़ नूं, पर फिर भी कई चीज़ों के विचे पैंदे ने जिवें टूथपेस्ट दे विच पैंदा उह, पर उह भी बहुत कहिंदे बहुत थोड़ी मात्रा हुंदी आ, और इस दवाई दे विच उहदी मात्रा बहुत ज़्यादा सी। कहिंदे डाई इथाइलिन ग्लाइकोल ते इथाइलिन ग्लाइकोल ये 2 सबस्टांस ने कैमिकल ने जिहड़े उस दवाई दे विच पाए गए ने, ते और इसका असर की पैंदा कि शरीर दे उपर जदों कोई इस कफ सिरप नूं कंज्यूम कर सीधा किडनी डैमेज करता है, तो सीधा किडनी डैमेज होने के नाल 66 बच्चों की जिहड़ी है मौत गांबीआ दे विच हुई है। WHO ने इसका गंभीर नोटिस लिया, हालांकि WHO ने तो काफ़ी पहला लिया सीगा ये गल कही सी 29 सितंबर की आई थिंक गल हैगी, अज आप 16 अक्तूबर के बैठे है हैं, और हुण जाके कितने माड़ा मोटा भारत सरकार ने जिहड़ी आ गंभीरता दिखाई है, तो मेरे ख्याल 1-2 दिन पहला ही जिहड़ी आ उसकी प्रोडक्शन बंद की है, जिहड़े 4 कफ सिरप ने जिहड़े उन्हां दी प्रोडक्शन की गल कर। जी बिल्कुल। तो बलदीप जी सवाल उत्थे भी पैदा हुंदा कि प्रोडक्शन बंद कर दी है पर जो जिहड़ियां दवाइयां ने उत्थों निकल चुकियां ने जो वक्-वक् मैडिकल स्टोर्स ते पईयां ने कि उत्थों भी बिकणियां बंद हो जाणगियां, क्योंकि पिछे जे आपां देखिया सी कि मानसा तो जिहड़ी खबर है वीडियो सब ने देखी किस तरीके नाल वायरल होई कि एक्सपायर जिहड़ियां दवाइयां सी है ना कि उहनां दे जिहड़े लेबल सी उहनां नूं खत्म करके नवीआं बणाईआं जा रहीआं सीगीआं, तां इस तरीके दा तां फिर भारत दे विच बेशक WHO वल्लों चेतावनी दे दित्ती गई है कि इहनां नूं बंद कीता जावे, बट इत्थों दे लोकां नाल तां फिर भी खिलवाड़ हुंदा ही रहेगा। बिल्कुल नवदीप, WHO ने तो यह गल कही है कि उस दौरान जिहड़ा लॉट हुण वह गल है ना कि साडी सरकार इंप्लीमेंट करती है कि नहीं करती एक डिफरेंट इशू है, पर WHO ने चेतावनी जरूर दी है कि जिहड़ा बैच उस
दवाई का बनया है वो सारा ही यूज जो ना किया जाए चाहे किसी दुकान पर पिया या किसी फर्म के पिया किसी होस्पिटल के पिया ये गल उन्होंने कही है पर हूँ इस सख्ती नाल लागू करवाना या इस मनना ये कितने ना कितने हूँ साड़ी सरकार अगर वो करेगी ता ही वो गल है जिहड़ी तुसीं जिक्र कीता कि स्टैंपिंग पुरानी एक्सपायरी डेट मिटा के ते नवी डेट जिहड़ी आ वो पा के कीती जा रही है और उसकी वीडियो शरेआम जिहड़ी सारिया ने देखी है तो सवाल हैल्थ सिस्टम ते तां खड़े हुंदे ही ने कि साडा हैल्थ सिस्टम है जिहड़ा वो की कर रहा है। मैं तो नवदीप सेहत माहर मेरे ने कुछ दिन पहला गल की सी जिहड़ी मैं तुहानू गल कही कि डाईथाइलिन ग्लाइकोल ते थाइलिन ग्लाइकोल वो सेहत माहर तां इह कहिंदे ने कि बिल्कुल भी ईटेबल नहीं हैगा तुसी पाउणा ही नहीं है किसी उस चीज़ दे विच पर ओ फे ओ इक लोड़ तो भी ज़्यादा मात्रा जिहड़ी आ उस दवाई दे विच ऐड की थी वो भी बच्चों की दवाई दे विच खंग आपां आम करके नदी पे कह दें कि खंग की दवाई है कोई गल नहीं जी कैमिस्ट तो लै लो जी डॉक्टर को जान की की लोड़ है लोग आम अक्सर तौर पर इदा लै लेंगे पर कितना खतरनाक हो सकता है ये सवाल जिहड़ा जरूर है। बिल्कुल बिल्कुल बलदीप जी थोड़ा बहुत बहुत धन्यवाद बहुत वधिया सलीके दे नाल तुसीं सारे ही सवालों के जवाब दिते दर्शकों का बहुत बहुत धन्यवाद तुसीं साडे नाल जुड़ते हो अपना पक्ष रखते हो बहुत सारे सवाल होंगे ने कोशिश करते हैं वधिया तरीके दे नाल उन्हां दे जवाब दिते जाण। फेसबुक वाले दर्शकों का बहुत बहुत धन्यवाद तुसीं भी साडे नाल जुड़ते हो कमेंट के जरिए तुहाडे सवाल ते सुझाव सानूं मिलते हैं बहुत ज़्यादा चंगा लगता है। सो अज के इस प्रोग्राम के विच इन्ना ही जी मिलेंगे आपां कल कुछ होर नवें मामलों के नाल तद तक के लिए सानूं तो इजाजत सत श्री अकाल।